ਬਾਈਨਰੀ ਇੰਸਟ੍ਰਕਟਰ ਦੇ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ। ਅੱਜ 30 ਜੁਲਾਈ ਦਾ ਜਿਹੜਾ ਹੈ ਨਾ ਪੇਪਰ ਆ ਕੌਂਸਟੇਬਲ ਦਾ ਮੋਰਨਿੰਗ ਸ਼ਿਫਟ ਦਾ ਖਤਮ ਹੋ ਕੇ ਹਟਿਆ। ਸਟੂਡੈਂਟ ਸਾਡੇ ਨਾਲ ਨੇ, ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਵੀਰੇ, ਕਿੱਦਾਂ ਦਾ ਰਿਹਾ ਤੁਹਾਡਾ ਐਗਜ਼ਾਮ? ਹਾਂਜੀ ਵਧੀਆ ਰਿਹਾ ਜੀ, ਪੇਪਰ ਮੋਡਰੇਟ ਟੂ ਈਜ਼ੀ ਸੀ। ਠੀਕ ਹੈ ਬਾਈ ਜੀ, ਡੈਫੀਨਿਟਲੀ। ਹਾਂਜੀ ਪਾਪਾ, ਜੀ ਐਸ ਦੀ ਗੱਲ ਕਰੀਏ, ਪੋਲਿਟੀ ਦੇ ਕਿੰਨੇ ਕੁ ਸਵਾਲ ਆਏ? 5-6 ਕੁਸ਼ਚਨ ਹੈਗੇ ਸੀ ਪੋਲਿਟੀ ਦੇ। ਕੋਈ ਸਵਾਲ ਯਾਦ ਆ? ਮੈਂਟਲ ਡਿਊਟੀ ਅਤੇ ਇੱਕ ਰਾਸ਼ਟਰਪਤੀ ਦੀ ਔਥ ਪੁੱਛੀ ਹੋਈ ਜੀ। ਠੀਕ ਹੈ, ਪ੍ਰੈਜ਼ੀਡੈਂਟ ਨੂੰ ਔਥ। ਠੀਕ ਹੈ, ਕੋਈ ਹੈ ਨਾ ਲੋਕ ਸਭਾ ਰਾਜ ਸਭਾ 'ਚ ਸਵਾਲ ਆ? ਨਹੀਂ, ਲੋਕ ਸਭਾ ਰਾਜ ਫੰਡਾਮੈਂਟਲ ਰਾਈਟ ਅਤੇ ਡਿਊਟੀ ਦੇ ਵਿੱਚ ਕੋਈ ਡਿਊਟੀ 'ਚੋਂ ਸੀ? ਡਿਊਟੀ 'ਚੋਂ ਡੀ ਪੀ ਐੱਸ ਪੀ ਦੇ ਵਿੱਚੋਂ ਕੋਈ ਸਵਾਲ? ਡੀ ਪੀ ਐੱਸ ਪੀ ਡਿਊਟੀ ਦੇ ਵਿੱਚੋਂ ਕਿਹੜਾ ਸਵਾਲ ਆਇਆ ਸੀਗਾ? ਉਹਨਾਂ ਨੇ ਅਮੈਂਡਮੈਂਟ ਪੁੱਛੇ ਜੀ। ਠੀਕ ਹੈ ਜੀ, ਹਾਂਜੀ। ਉਦੋਂ ਬਾਅਦ ਆਪਾਂ ਗੱਲ ਕਰਦੇ ਹਾਂ ਪੰਜਾਬ ਜੀ ਕੇ ਦੀ। ਪੰਜਾਬ ਜੀ ਕੇ ਦੇ ਕਿਹੜੇ ਕਿਹੜੇ ਸਵਾਲ ਆਏ ਬਾਈ ਜੀ? ਪੰਜਾਬ ਜੀ ਕੇ ਦੇ ਗੁਰੂ ਨਾਨਕ ਦੇਵ ਜੀ ਦਾ ਜਨਮ ਪੁੱਛਿਆ ਹੋਇਆ ਸੀ ਅਤੇ ਲੰਗਰ ਪ੍ਰਥਾ ਪੁੱਛੀ ਹੋਈ ਸੀ। ਠੀਕ ਹੈ, ਕੋਈ ਸੈਂਸ ਇਹਨਾਂ ਸੰਬੰਧਿਤ ਸਵਾਲ ਆਇਆ ਹੋਵੇ 2011? ਠੀਕ ਹੈ, ਕੋਈ ਕਿਲਾ ਪੁੱਛਿਆ ਗਿਆ ਹੋਵੇ? ਨਹੀਂ, ਕਿਲਾ ਵੀ ਨਹੀਂ। ਠੀਕ ਹੈ ਜੀ, ਉਹ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਬਾਈ ਜੀ ਨਾ ਕਰੰਟ ਅਫੇਅਰ ਦੀ। ਕਰੰਟ ਅਫੇਅਰ ਕਿਹੜੇ ਆ ਰਹੇ ਸੀ? ਕਰੰਟ ਅਫੇਅਰ 23 ਅਤੇ 22 ਦਾ ਸੀ। ਠੀਕ ਹੈ, ਕੋਈ ਸਵਾਲ ਯਾਦ ਹੋਵੇ, ਕੋਈ ਹੈ ਨਾ ਯੋਜਨਾ ਪੁੱਛੀ ਗਈ ਹੋਵੇ? ਨਹੀਂ, ਇੱਕ ਐਪ ਪੁੱਛਿਆ ਹੋਇਆ ਸੀ, ਇਹ ਲਾਂਚ ਐਪ ਕਿਹੜੀ ਚੀਜ਼ ਲਈ ਲਾਂਚ ਕੀਤਾ ਸੀ ਉਹ ਐਪ ਦੱਸੋ। ਠੀਕ ਹੈ, ਕੋਈ ਸਪੋਰਟਸ ਨਾਲ ਸੰਬੰਧਿਤ ਕਰੰਟ ਅਫੇਅਰ ਹੋਵੇ? ਸਪੋਰਟਸ ਨਾਲ ਕੋਈ ਨਹੀਂ। ਕੋਈ ਅਵਾਰਡ ਪੁੱਛਿਆ ਗਿਆ ਹੋਵੇ? ਕੋਈ ਵੀ ਕੋਈ ਨਹੀਂ। ਅਵਾਰਡ ਵੀ ਕੋਈ ਨਹੀਂ ਸੀਗੀ। ਹੋਰ ਕਰੰਟ ਅਫੇਅਰ ਦਾ ਕੋਈ ਸਵਾਲ? 22-23 ਦੇ ਸੀ। ਠੀਕ ਹੈ, ਹੈ ਨਾ ਕੋਈ ਸਾਇੰਸ 'ਚੋਂ ਸਵਾਲ ਆਇਆ ਹੋਵੇ? ਸਾਇੰਸ ਐਂਡ 2 ਕੁਸ਼ਚਨ ਸੀ ਸਾਇੰਸ। ਕੋਈ ਕਿਹੜਾ ਸਵਾਲ ਸੀ ਬਾਈ? ਨਹੀਂ, ਯਾਦ ਤਾਂ ਨਹੀਂ। ਠੀਕ ਹੈ, ਇਨਵਾਇਰਮੈਂਟ ਦਾ ਕੋਈ ਸਵਾਲ ਹੋਵੇ? ਇੱਕ ਕੁਸ਼ਚਨ ਇਨਵਾਇਰਮੈਂਟ ਦਾ ਸੀ ਕੀ ਸੀ ਜੀ? ਹਾਂਜੀ, ਯਾਦ ਨਹੀਂ, ਕੁਸ਼ਚਨ ਯਾਦ ਨਹੀਂ। ਠੀਕ ਹੈ, ਤੁਸੀਂ ਲਿਖੀ ਫਿਰਦੇ ਹੋ, ਕੋਈ ਸਵਾਲ ਯਾਦ ਹੋਵੇ? ਇਹ ਮੈਥ ਤੇ ਰੀਜ਼ਨਿੰਗ ਦੇ ਆ। ਮੈਥ ਦਾ ਕੀ ਲੈਵਲ ਸੀਗਾ? ਠੀਕ ਸੀ, ਮੋਡਰੇਟ ਸੀ। ਸਿੰਪਲੀਫਿਕੇਸ਼ਨ ਦੇ ਕਿੰਨੇ ਕੁ ਸਵਾਲ ਸੀਗੇ? 3-4 ਸਵਾਲ ਸਿੰਪਲੀਫਿਕੇਸ਼ਨ। ਅੱਛਾ, ਲੈਵਲ ਕੀ ਸੀਗਾ? ਰੇਸ਼ੋ ਤੇ ਟਾਈਮ ਐਂਡ ਵਰਕ ਦੇ ਵੀ ਸੀ, ਪਰਸੈਂਟੇਜ ਤੇ ਡਿਸਕਾਊਂਟ ਦੇ ਵੀ ਸੀ, ਬਾਰ ਗ੍ਰਾਫ ਦਾ ਇੱਕ ਸਵਾਲ, ਬਾਰ ਗ੍ਰਾਫ ਦਾ ਇੱਕ ਸੀ, ਟਾਈਮ ਐਂਡ ਵਰਕ, ਟਾਈਮ ਐਂਡ ਵਰਕ ਦੇ ਵੀ ਹੈ 2 ਸਵਾਲ। ਠੀਕ ਹੈ, ਰੀਜ਼ਨਿੰਗ ਦਾ ਲੈਵਲ ਕੀ ਸੀਗਾ? ਰੀਜ਼ਨਿੰਗ ਠੀਕ ਸੀ, ਆਸਾਨ ਸੀ। ਰੀਜ਼ਨਿੰਗ, ਕੋਡਿੰਗ, ਡੀਕੋਡਿੰਗ ਦੇ ਕਿੰਨੇ ਸਵਾਲ? ਡੀਕੋਡਿੰਗ ਦੇ ਹੈ 3-4 ਸਵਾਲ ਸੀ। ਸਲੋਗ, ਸਲੋਗ ਦੇ ਵੀ ਸੀ 2 ਸਵਾਲ। ਠੀਕ ਹੈ, ਬਲੱਡ ਰਿਲੇਸ਼ਨ ਦੇ ਵੀ 1 ਸਵਾਲ। ਸੀਟਿੰਗ ਅਰੇਂਜਮੈਂਟ ਤੇ ਰੈਂਕਿੰਗ ਆਰਡਰ ਦੇ 3-4 ਕੁਐਸਚਨ ਆਏ। ਠੀਕ ਹੈ, ਇੰਗਲਿਸ਼ ਦਾ ਲੈਵਲ ਕਿੱਦਾਂ ਦਾ ਸੀਗਾ? ਇੰਗਲਿਸ਼ ਦਾ ਲੈਵਲ ਵੀ ਸਹੀ ਸੀ, ਪੈਰਾਗ੍ਰਾਫ ਥੋੜਾ ਜਿਹਾ ਡਿਫਿਕਲਟ ਸੀ। ਠੀਕ ਹੈ, ਸਾਇੰਸ ਨੂੰ ਰਿਲੇਟਡ ਸੀ ਪੈਰਾਗ੍ਰਾਫ। ਠੀਕ ਹੈ, ਉਹ ਥੋੜਾ ਡਿਫਿਕਲਟ ਸੀ। ਠੀਕ ਹੈ, ਪੰਜਾਬੀ? ਪੰਜਾਬੀ ਵਧੀਆ ਸੀ, ਇਹ ਪੇਪਰ ਸੌਖਾ ਸੀ, ਆਸਾਨ। ਠੀਕ ਹੈ, ਉਦੋਂ ਬਾਅਦ ਆਪਾਂ ਗੱਲ ਕਰਦੇ ਹਾਂ ਕੰਪਿਊਟਰ ਦਾ, ਕੋਈ ਸਵਾਲ ਯਾਦ ਹੋਵੇ? ਕੰਪਿਊਟਰ MS ਵਰਡ ਦੇ ਪਾਵਰ ਪੁਆਇੰਟ 'ਚੋਂ ਸੀ 3 ਕੁਸ਼ਚਨ, ਬਾਕੀ 2 ਯਾਦ ਨੇ ਹੁਣ। ਠੀਕ ਹੈ, ਕੋਈ ਈਮੇਲ ਨਾਲ ਸੰਬੰਧਿਤ ਸਵਾਲ ਹੋਵੇ? ਈਮੇਲ, ਹਾਂਜੀ, 1 ਕੁਸ਼ਚਨ ਈਮੇਲ ਨਾਲ। ਠੀਕ ਹੈ, ਕੋਈ ਸਵਾਲ ਸ਼ਾਰਟਕੱਟ ਕੀ ਤੇ ਹੋਵੇ? ਇੰਟਰਨੈਟ ਨਾਲ ਸੰਬੰਧਿਤ ਕੋਈ ਸਵਾਲ ਹੋਵੇ? ਕੋਈ ਨਹੀਂ ਸੀਗਾ। ਕੁੱਲ ਮਿਲਾ ਕੇ ਪੇਪਰ ਦਾ ਲੈਵਲ ਕਿਹੋ ਜਿਹਾ? ਠੀਕ ਸੀ, G2 ਮੋਡਰੇਟ ਕਹਿ ਸਕਦੇ ਹਾਂ, ਜ਼ਿਆਦਾ ਆਸਾਨ ਵੀ ਨਹੀਂ, ਜ਼ਿਆਦਾ ਔਖਾ ਵੀ ਨਹੀਂ। ਠੀਕ ਹੈ, ਠੀਕ ਹੈ, ਸ਼ੁਕਰੀਆ ਬਾਈ ਤੁਹਾਡਾ ਬਹੁਤ ਬਹੁਤ। ਹਾਂਜੀ ਵੀਰੇ, ਐਗਜ਼ਾਮ ਦੇ ਕੇ ਆਏ ਹੋ, ਕਿੱਦਾਂ ਦਾ ਰਿਹਾ ਤੁਹਾਡਾ ਐਗਜ਼ਾਮ? ਐਗਜ਼ਾਮ ਬਹੁਤ ਵਧੀਆ ਰਿਹਾ, ਐਗਜ਼ਾਮ ਬਿਲਕੁਲ ਈਜ਼ੀ ਐਗਜ਼ਾਮ ਸੀ, ਮੋਡਰੇਟ ਲੈਵਲ ਦਾ ਕਹਿ ਸਕਦੇ ਹਾਂ ਆਪਾਂ। ਸਾਰੇ ਕੁਸ਼ਚਨ ਇਸ ਸੋਲਵ ਈਜ਼ੀ ਸੀਗੇ, ਕੋਈ ਵੀ ਇੱਕ ਵੀ ਕੁਸ਼ਚਨ ਇੱਦਾਂ ਨਹੀਂ, ਸਿਰਫ 2022 ਦਾ ਕਰੰਟ ਅਫੇਅਰ ਦੇ 2-3 ਕੁਸ਼ਚਨ ਸੀਗੇ, ਬਾਕੀ 2023 ਦੇ ਕੁਸ਼ਚਨ ਸੀਗੇ, ਜਿਵੇਂ ਪੋਰਟਲ ਦੇ ਕੁਸ਼ਚਨ ਹੋ ਗਏ, ਸਕੀਮ 'ਤੇ ਕੁਸ਼ਚਨ ਹੋ ਗਿਆ, ਅਤੇ ਸਾਰਾ ਐਗਜ਼ਾਮ ਆਲ ਓਵਰ ਸੌਖਾ ਈਜ਼ੀ ਸੀਗਾ। ਜਿਵੇਂ ਰੀਜ਼ਨਿੰਗ ਦੇ ਲਾ ਲਓ, ਰੀਜ਼ਨ ਸਿਰਫ 1 ਕੁਸ਼ਚਨ ਸੀਗਾ, ਡਾਇਰੈਕਸ਼ਨ ਦਾ ਜੋ ਟਾਈਮ ਲੱਗ ਰਿਹਾ ਸੀਗਾ, ਬਾਕੀ ਰੀਜ਼ਨ ਅਕੋਰਡਿੰਗ ਡਿਕੋਰਡਿੰਗ ਬਲੱਡ ਰਿਲੇਸ਼ਨ ਦਾ 1 ਕੁਸ਼ਚਨ, ਅਤੇ ਮੈਥ ਦੇ ਵਿੱਚ ਮੈਥ ਵੀ ਬਿਲਕੁਲ ਈਜ਼ੀ ਆ ਰਿਹਾ ਸੀਗਾ, ਬੰਦਾ ਅਟੈਂਪਟ ਕਰ ਸਕਦਾ ਆਰਾਮ ਨਾਲ, ਬੰਦਾ ਚਾਹੇ ਤਾਂ ਹੋ ਸਕਦਾ ਵੀ ਪ੍ਰੋਗਰਾਮ। ਠੀਕ ਹੈ ਬਾਈ ਜੀ, ਆਪਾਂ ਹੈ ਨਾ ਗੱਲ ਕਰਦੇ ਹਾਂ, ਜਿੱਦਾਂ ਤੁਸੀਂ ਕਰੰਟ ਅਫੇਅਰ ਕਿਹਾ 22-23 ਦਾ ਸੀ, ਕਰੰਟ ਅਫੇਅਰ ਦਾ ਕੋਈ ਸਵਾਲ ਯਾਦ ਹੋਵੇ? ਇੱਕ ਨਾ 2023 ਦੀ ਸਕੀਮ ਆਈ ਸੀਗੀ, ਦਨ ਜਨ ਯੋਜਨਾ ਸਕੀਮ ਬਾਰੇ ਪੁੱਛਿਆ ਸੀਗਾ ਉਹਨਾਂ ਨੇ, ਇੱਕ ਪੋਰਟਲ ਬਾਰੇ ਪੁੱਛਿਆ ਗਿਆ 2022 ਦੇ, ਅਤੇ ਰਾਸ਼ਟਰਮੰਡਲ ਖੇਡਾਂ ਕਾਮਨਵੈਲਥ ਗੇਮਸ ਤੋਂ ਬਹੁਤ ਜ਼ਿਆਦਾ ਕੁਸ਼ਚਨ ਆ ਰਹੇ, ਮੈਂ ਸੁਜੈਸ਼ਨ ਕਰਨਾ ਚਾਹੂੰਗਾ ਜਿਹੜੇ ਆਉਣ ਵਾਲੇ ਪੇਪਰਾਂ ਜਿਹੜਾ ਬੱਚਿਆਂ ਦਾ ਐਗਜ਼ਾਮ ਹੋਣਾ ਹੈ, ਉਹ 2022 ਦਾ ਕਰੰਟ ਅਫੇਅਰ ਪੂਰਾ ਤਿਆਰ ਕਰ ਸਕਦੇ ਹਾਂ, 22-23 ਦਾ ਕਰੰਟ ਅਫੇਅਰ। ਠੀਕ ਹੈ,
ਭਾਜੀ ਆਪਾਂ ਹੈ ਨਾ ਜੀ ਐਸ ਦੀ ਗੱਲ ਕਰੀਏ, ਜੀ ਐਸ ਦੇ ਵਿੱਚ ਆਪਾਂ ਪੋਲਿਟੀ ਦਾ ਕੋਈ ਸਵਾਲ? ਪੋਲਿਟੀ ਦੇ ਚਾਰ ਸਵਾਲ ਸੀਗੇ, ਆਰਟੀਕਲ ਦਾ ਕੋਈ ਨਹੀਂ, ਕਨਸੈਪਟ ਬੇਸ 'ਤੇ ਸਵਾਲ ਸੀਗੇ, ਮਤਲਬ ਆਰਟੀਕਲ ਦਾ ਕੋਈ ਸਵਾਲ ਨਹੀਂ ਸੀਗਾ, ਅਤੇ ਉਸ ਤੋਂ ਬਾਅਦ 4 ਤੋਂ 5 ਸਵਾਲ ਪਾਰਟੀ ਦੇ ਸੀ, ਪੋਲਿਟੀ ਦੇ ਸੀਗੇ, ਅਤੇ 6 ਤੋਂ 7 ਸਵਾਲ ਪੰਜਾਬ ਜੀਕੇ ਦੇ ਸੀਗੇ। ਪੋਲਿਟੀ ਦੇ ਵਿੱਚ ਕੋਈ ਹੈ ਨਾ ਰਾਸ਼ਟਰਪਤੀ ਨਾਲ ਸੰਬੰਧਿਤ ਸਵਾਲ ਆਵੇ, ਕੋਈ ਗਵਰਨਰ ਨਾਲ? ਹਾਂਜੀ ਹਾਂਜੀ, ਰਾਸ਼ਟਰਪਤੀ ਜੀ ਉਹ ਸਹੁੰ ਪੁੱਛਿਆ ਸੀਗਾ ਵੀ ਓਥ ਕੌਣ ਚੁਕਾਉਂਦਾ ਰਾਸ਼ਟਰਪਤੀ ਨੂੰ, ਉਹ ਕੁਸਚਨ ਪੁੱਛਿਆ ਸੀਗਾ। ਠੀਕ ਹੈ, ਕੋਈ ਪਾਰਲੀਮੈਂਟ ਤੋਂ ਸਵਾਲ ਹੋਵੇ, ਰਾਜ ਸਭਾ ਲੋਕ ਸਭਾ? ਨਹੀਂ, ਸਿਟੀਜ਼ਨਸ਼ਿਪ ਤੋਂ ਸਵਾਲ ਸੀਗਾ ਇੱਕ। ਠੀਕ ਹੈ, ਪਾਰਲੀਮੈਂਟ ਤੋਂ ਕੋਈ ਸਵਾਲ? ਕੋਈ ਅਮੈਂਡਮੈਂਟ ਪੁੱਛੀ ਗਈ? ਅਮੈਂਡਮੈਂਟ ਇੱਕ ਪੁੱਛੀ ਗਈ ਸੀ। ਕਿਹੜੀ ਅਮੈਂਡਮੈਂਟ ਪੁੱਛੀ ਗਈ? 42 ਅਮੈਂਡਮੈਂਟ ਪੁੱਛੀ ਗਈ ਸੀ। 42 ਅਮੈਂਡਮੈਂਟ ਕਦੋਂ ਹੋਈ ਸੀ ਜਾਂ ਕੀ ਸੀ? ਨਹੀਂ ਨਹੀਂ, ਕਿਹੜੀ ਅਮੈਂਡਮੈਂਟ ਹੋਈ ਹੈ ਇਸ ਦੇ ਰਿਗਾਰਡਿੰਗ? 42 ਅਮੈਂਡਮੈਂਟ ਹੋਈ ਸੀ। ਠੀਕ ਹੈ ਬਾਈ ਜੀ, ਪੰਜਾਬ ਜੀਕੇ ਦੇ ਤੁਸੀਂ ਕਿਹਾ 7 ਤੋਂ 8 ਸਵਾਲ ਸੀਗਾ ਇੱਕ, ਵੀ ਜਿਹੜਾ ਖਾਲਸਾ ਕਾਲਜ ਆ ਉਹ ਕਿੱਥੇ ਆ? ਅੰਮ੍ਰਿਤਸਰ ਦੇ ਵਿੱਚ ਆ, ਅਤੇ ਹੋਰ ਵੀ ਕਈ ਕੁਸਚਨ ਸੀਗੇ ਵਿੱਚ। ਖਾਲਸਾ ਕਾਲਜ ਸਿਰਫ ਇਹੀ ਕਿਹਾ ਜੀ? ਖਾਲਸਾ ਕਾਲਜ ਕੱਲ 1892 ਵਿੱਚ ਬਣਿਆ, ਇਹ ਕਿੱਥੇ ਅੰਮ੍ਰਿਤਸਰ ਅੰਸਰ ਸੀਗਾ ਉਹਦਾ? ਠੀਕ ਹੈ, ਕੋਈ ਹੋਰ ਕਿਲਾ ਪੁੱਛਿਆ ਗਿਆ ਹੋਵੇ? ਨਹੀਂ, ਕਿਲਾ ਤਾਂ ਕੋਈ ਕਿਲੇ ਦਾ। ਹਾਂਜੀ ਵੀਰੇ, ਰਾਜ ਮਹਿਲ ਬਾਰੇ ਪੁੱਛਿਆ ਗਿਆ? ਹਾਂਜੀ, ਕਈ ਕਦੋਂ ਬਣਿਆ ਇਹ? ਠੀਕ ਹੈ, ਹਾਂਜੀ, 1892 ਦੇ ਵਿੱਚ ਸਵਾਲ ਸੀਗੇ। ਠੀਕ ਹੈ, ਇਨਵਾਇਰਮੈਂਟ ਦਾ ਕੋਈ ਸਵਾਲ ਯਾਦ ਹੋਵੇ ਬਾਈ? ਇਨਵਾਇਰਮੈਂਟ ਦਾ ਮੇਰੇ ਯਾਦ ਤਾਂ ਹੈ ਨਹੀਂ, ਹੁਣ ਆਏ ਅਸੀਂ ਦੇਖ ਕੇ ਵੈਸੇ। ਇੱਕ ਦੋ ਕੁਸਚਨ ਇਨਵਾਇਰਮੈਂਟ, ਸਾਇੰਸ ਦਾ ਕੋਈ ਸਵਾਲ ਆਇਆ? ਸਾਇੰਸ ਦਾ ਸੀਗੇ, 2 ਕੁਸਚਨ ਸੀਗੇ ਸਾਇੰਸ ਦੇ। ਠੀਕ ਹੈ, ਮਤਲਬ ਕਿ ਹਾਂ ਆਲ ਓਵਰ, ਮਤਲਬ ਕਿ ਮਿਕਸ ਕਰਕੇ ਪਾ ਰਹੇ ਨੇ। ਹਿਸਟਰੀ ਦਾ ਇੱਕ ਕੁਸਚਨ ਸੀਗਾ, ਸਿੱਧੂ ਘਾਟੀ ਸੱਭਿਅਤਾ ਬਾਰੇ ਕੁਸਚਨ ਆਇਆ ਸੀਗਾ, ਏਸ਼ੀਅਨਟ 'ਚ ਪਾ ਰੱਖਿਆ, ਏਸ਼ੀਅਨਟ 'ਚ ਇੱਕ ਕੁਸਚਨ ਪਾ ਰੱਖਿਆ ਸੀਗਾ। ਉਹ ਪੁੱਛਿਆ ਸੀਗਾ ਉਹਨਾਂ ਨੇ ਵੀ ਸਭ ਤੋਂ ਪੁਰਾਣੀ ਸੱਭਿਅਤਾ ਕਿਹੜੀ ਹੈ? ਸਿੰਧੂ ਘਾਟੀ ਆ, ਮੈਸੋਪੋਟਾਮੀਆ ਜਾਂ ਕੋਈ ਹੋਰ ਆ? ਉਹਦੇ ਬਾਰੇ ਪੁੱਛਿਆ ਗਿਆ ਸੀਗਾ ਇਹਨਾਂ ਨੇ। ਠੀਕ ਹੈ ਬਾਈ ਜੀ, ਉਦੋਂ ਆਰਟੀਕਲ ਦੇ ਸਵਾਲ ਆ ਰਹੇ ਜ਼ਿਆਦਾਤਰ। ਠੀਕ ਹੈ ਜੀ, ਆਰਟੀਕਲ ਜਿਵੇਂ 44 ਹੋ ਗਿਆ, 57-52 ਹੋ ਗਿਆ, ਇਹ ਜ਼ਿਆਦਾ ਤਿਆਰ ਕਰਕੇ ਜਾਣ ਬੱਚੇ, ਆਰਟੀਕਲ ਤਿਆਰ ਕਰਕੇ ਜਾਣ ਤਾਂ ਬਹੁਤ ਵਧੀਆ। ਆਰਟੀਕਲ ਦੀ ਅੱਗੇ ਉਮੀਦ ਹੈਗੀ ਵੀ ਆਰਟੀਕਲ ਆ ਸਕਦੇ ਨੇ, ਕਨਸੈਪਟ ਸਾਰੇ ਕਲੀਅਰ ਕਰਕੇ ਹੀ ਆਓ ਆਪਣੇ, ਕਿਉਂਕਿ ਐਗਜ਼ਾਮ ਦੇ ਵਿੱਚ ਜਿਹੜਾ ਮੈਥ ਆ ਉਹ ਬਹੁਤ ਈਜ਼ੀ ਆ ਰਿਹਾ ਹੈ, ਥੋੜ੍ਹਾ ਰੀਜ਼ਨਿੰਗ ਥੋੜ੍ਹਾ ਜਿਹਾ ਟਾਈਮ ਕੰਜ਼ਿਊਮਿੰਗ। ਮੈਥ ਦੀ ਆਪਾਂ ਗੱਲ ਕਰਦੇ ਹਾਂ ਨਾ, ਸਿੰਪਲੀਫਿਕੇਸ਼ਨ ਦੇ ਕਿੰਨੇ ਸਵਾਲ ਸੀ? 3 ਤੋਂ 4 ਕੁਸਚਨ ਸਿੰਪਲੀਫਿਕੇਸ਼ਨ। ਲੈਵਲ ਕੀ ਸੀ ਉਹਨਾਂ ਦਾ? ਲੈਵਲ ਬਿਲਕੁਲ ਠੀਕ ਸੀ, ਮੋਡਰੇਟ ਲੈਵਲ। ਟਾਈਮ ਐਂਡ ਵਰਕ? ਟਾਈਮ ਐਂਡ ਵਰਕ ਦੇ 2 ਕੁਸਚਨ ਸੀਗੇ, ਇੱਕ ਈਜ਼ੀ ਸੀਗਾ ਬਿਲਕੁਲ, ਇੱਕ ਥੋੜ੍ਹਾ ਜਿਹਾ ਮੋਡਰੇਟ ਲੈਵਲ। ਰੇਸ਼ੋ ਐਂਡ ਪ੍ਰੋਪੋਰਸ਼ਨ? ਰੇਸ਼ੋ ਐਂਡ ਪ੍ਰੋਪੋਰਸ਼ਨ ਦੇ 2 ਕੁਸਚਨ ਸੀਗੇ। ਐਵਰੇਜ ਦਾ ਸਵਾਲ ਆਇਆ? ਐਵਰੇਜ ਦਾ ਸ਼ਾਇਦ ਇੱਕ ਸਿੰਪਲ ਇੰਟਰਸਟ ਆਇਆ ਸੀਗਾ। ਸਿੰਪਲ ਇੰਟਰਸਟ ਦੇ 2 ਸਵਾਲ ਸੀ। ਕੋਈ ਪਾਈਪ ਐਂਡ ਸਿਸਟਮ ਦਾ ਸਵਾਲ ਆਇਆ? ਬਾਰ ਗ੍ਰਾਫ ਦੇ ਆਏ ਸੀਗੇ 2 ਕੁਸਚਨ। ਹਾਂ, ਉਹਨਾਂ ਦਾ ਲੈਵਲ ਕੀ ਸੀਗਾ? ਉਹਨਾਂ ਦਾ ਬਿਲਕੁਲ ਈਜ਼ੀ ਸੀਗਾ, ਸਿੱਧਾ ਹੀ ਉਹ ਮੈਂ ਪਲੱਸ ਮਾਈਨਸ ਹੀ ਕਰਨਾ ਸੀਗਾ ਉਹਨਾਂ ਵਿੱਚ। ਠੀਕ ਹੈ, ਰੀਜ਼ਨਿੰਗ ਦੀ ਆਪਾਂ ਹਨਾ, ਰੀਜ਼ਨਿੰਗ ਦੇ ਵਿੱਚ ਜਿਹੜੇ ਰੀਜ਼ਨਿੰਗ ਸੀ ਉਹ ਟਾਈਮ ਕੰਜ਼ਿਊਮਿੰਗ ਸੀ ਜਾਂ ਸੋਲਵ ਹੋ ਰਹੇ ਸੀ ਸਵਾਲ? ਸੋਲਵ ਹੋ ਰਹੇ ਸੀਗੇ, ਟਾਈਮ ਕੰਜ਼ਿਊਮ ਸੀ, 2-3 ਕੁਸਚਨ ਸੀਗੇ, ਕਿਉਂਕਿ ਉਹ ਜਿਹੜੀ ਪਜ਼ਲ ਪਾ ਰਹੇ ਨੇ ਜਾਂ ਸੀਟਿੰਗ ਅਰੇਂਜਮੈਂਟ ਬਾਰੇ, ਉਹ ਬਿਲਕੁਲ ਈਜ਼ੀ ਬਾਰੇ, ਬੰਦਾ ਜੇ ਪ੍ਰੈਕਟਿਸ ਕੀਤੀ ਹੋਈ ਆ ਜਾਂ 2 ਜਾਂ 3 ਮਿੰਟ 'ਚ ਬਣਾ ਸਕਦਾ ਰਹੇ, 2 ਮਿੰਟ 1 ਮਿੰਟ 1.5 ਮਿੰਟ ਹੀ ਲੱਗਦਾ। ਅੱਛਾ, ਜਿਹੜੀ ਪਜ਼ਲ ਵਾਲੇ ਸਵਾਲ ਸੀ ਉਹ 1 ਕੁਸਚਨ ਦੀ 1 ਪਜ਼ਲ ਸੀ ਜਾਂ 1 ਪਜ਼ਲ ਦੇ ਕੇ 2-3 ਸਵਾਲ? 1 ਹੀ ਕੁਸਚਨ ਸੀਗਾ। ਜੇ ਤੁਸੀਂ ਕਹਿੰਦੇ ਹੋ ਜਿੱਦਾਂ ਤੁਸੀਂ ਕਿਹਾ ਵੀ 1 ਪਜ਼ਲ ਨੂੰ 2-3 ਮਿੰਟ ਲੱਗਦੇ ਨੇ, ਤਾਂ 20 ਸਵਾਲਾਂ ਦੇ ਵਿੱਚੋਂ ਜੇ 10 ਪਜ਼ਲ ਆ ਗਈਆਂ ਤਾਂ 30 ਮਿੰਟ ਗਏ? ਦੋ ਹੀ ਪਜ਼ਲ ਆ ਰਹੇ ਆ, 2 ਪਜ਼ਲ ਹੀ। ਅੱਛਾ, 2 ਪਜ਼ਲ ਹੀ ਆ, ਉਹ ਵੀ ਈਜ਼ੀ ਆ ਰਹੀ ਹੈ, ਹੋ ਜਾਣੀ ਜਿਹਦੀ ਪ੍ਰੈਕਟਿਸ ਹੋ ਰੱਖੀ ਆ ਉਹ ਕਰ ਲੂੰਗਾ ਆਰਾਮ ਨਾਲ। ਠੀਕ ਹੈ, ਕੋਡਿੰਗ ਡਿਕੋਡਿੰਗ ਦੇ ਕਿੰਨੇ ਸਵਾਲ ਹੈ? 4-5 ਸਵਾਲ ਕੋਡਿੰਗ ਡਿਕੋਡਿੰਗ ਦੇ ਵਿੱਚ। ਅਲਫਾਬੈਟ ਤੇ ਨਮੈਰੀਕਲ ਨੰਬਰਿੰਗ ਮਿਕਸ ਕੀਤੀ ਹੋਈ ਜਾਂ ਅਲੱਗ ਅਲੱਗ ਸੀਗੀ? ਨਮੈਰੀਕਲ ਮਿਕਸ ਵੀ ਕੀਤੀ ਹੋਈ ਸੀ ਤੇ ਅਲੱਗ ਤੋਂ ਵੀ ਸੀਗਾ, ਜਿਵੇਂ X1 ਹੁਣ ਜੇ ਤੇ S ਹੁੰਦਾ, S ਤੋਂ M ਹੁੰਦਾ, ਉਹ ਸਾਰਾ ਪੁੱਛਦੇ ਤੇ ਮਿਕਸ ਵੀ ਕਰਦਾ। ਮੇਰੇ ਨੰਬਰ ਸੀਰੀਜ਼ ਦੇ 2-3 ਕੁਸਚਨ ਸੀਗੇ। ਠੀਕ ਹੈ, ਸੀਟਿੰਗ ਅਰੇਂਜਮੈਂਟ? ਸੀਟਿੰਗ ਅਰੇਂਜਮੈਂਟ ਦੇ 2 ਕੁਸਚਨ ਸੀਗੇ। ਰੈਂਕਿੰਗ ਆਰਡਰ? ਰੈਂਕਿੰਗ ਆਰਡਰ ਦਾ 1 ਕੁਸਚਨ ਸੀਗਾ। ਠੀਕ ਹੈ, ਬਲੱਡ ਰਿਲੇਸ਼ਨ ਦਾ ਕੋਈ ਸਵਾਲ ਆਇਆ? ਹਾਂਜੀ ਹਾਂਜੀ, 1 ਕੁਸਚਨ ਸੀਗਾ ਬਲੱਡ ਰਿਲੇਸ਼ਨ ਦਾ ਸਿਰਫ। ਸਲੌਗ ਦਾ ਕੋਈ ਸਵਾਲ ਆਇਆ? ਸਲੌਗ ਦੇ 1-2-3 ਸਵਾਲ ਸੀਗੇ ਸਵਾਲ ਆ। ਉਹ ਠੀਕ ਸੀਗੇ? ਨੋਰਮਲ ਸੀਗਾ ਸਾਰੇ, ਨੋਰਮਲ ਨੋਰਮਲ ਕਲਾਸਿਸ ਆਪਾਂ ਦੇਖਦੇ ਹੋਈ ਸੀ। ਠੀਕ ਹੈ, ਉਹ ਤੋਂ ਬਾਅਦ ਆਪਾਂ ਗੱਲ ਕਰਦੇ ਹਾਂਗੇ ਇੰਗਲਿਸ਼ ਦਾ ਲੈਵਲ ਕਿੱਦਾਂ ਸੀ, ਜਿਵੇਂ ਸਟੂਡੈਂਟ ਸਾਨੂੰ ਦੱਸ ਕੇ ਆ ਵੀ ਜਿਹੜਾ ਪੈਸਾ ਸੀ ਉਹ ਥੋੜ੍ਹਾ ਡਿਫੀਕਲਟ ਪਾਇਆ? ਪੈਸੇ ਥੋੜ੍ਹਾ ਜਿਹਾ ਲੈਂਥੀ ਸੀਗਾ, ਡਿਫੀਕਲਟ ਨਹੀਂ ਕਹਿੰਦਾ, ਉਹ ਨਰਵਸ ਸਿਸਟਮ 'ਤੇ ਸੀਗਾ, ਉਹ ਥੋੜ੍ਹਾ ਜਿਹਾ ਲੈਂਥੀ ਸੀਗਾ, ਪੜ੍ਹਨੇ 'ਚ ਥੋੜ੍ਹਾ ਜਿਹਾ ਟਾਈਮ ਲੱਗਦਾ ਸੀਗਾ। ਠੀਕ ਹੈ, ਉਹਦੇ ਕੁਸਚਨ ਆਂਸਰ ਹੋ ਰਹੇ ਸੀ, ਹੋ ਜੇ ਸੀਗੇ ਸਵਾਲ ਪੁੱਛਦੇ ਵੀ ਜਿਹੜੀ ਜੋੜੀ ਮਿਲ ਗਈ, ਜੋ ਉਹਨਾਂ ਨੇ ਪੈਸੇ ਦਿੱਤਾ ਸੀਗਾ, ਪੈਸੇ ਦੇ ਵਿੱਚ ਦੱਸਿਆ ਗਿਆ ਸੀਗਾ ਵੀ ਇਹਦਾ ਕਿਹੜਾ ਸਿਸਟਮ ਸਿਮਟਮ ਬਣਦਾ, ਇਹਦੇ ਜਿਹੜਾ ਇੱਕ ਤਾਂ ਸਰਲੇਖ ਕੀ ਆ ਇਹਦਾ, ਠੀਕ ਹੈ, ਪੈਰਾਗ੍ਰਾਫ ਦਾ ਉਹ ਮੇਨ ਕੀ ਆ। ਠੀਕ ਹੈ, ਇੱਕ ਤਾਂ ਆਪਾਂ ਹਨਾ ਇੰਗਲਿਸ਼ ਦੀ ਗੱਲ ਕਰਦੇ
ਕਰਦੇ ਹਾਂ ਪੈਰਾ ਜੰਪਲਿੰਗ ਦੇ ਕੁਐਸਚਨ। ਪੈਰਾ ਜੰਪਲ, ਹਾਂਜੀ ਹਾਂਜੀ, ਪੈਰਾ ਜੰਪਲ ਦੇ ਇੱਕ ਕੁਐਸਚਨ ਸੀਗਾ, ਦੋ ਕੁਐਸਚਨ ਸੀਗੇ ਅਤੇ ਇੱਕ ਦੋ ਕਲਾਸ ਫਿਲਿੰਗ, ਇੱਕ ਤੋਂ ਫਿਲਿੰਗ ਫਿਲਿੰਗ ਲੈ ਪੈਰਾ ਫਾਈਂਡ ਆਊਟ, ਦੋ ਕੁਐਸਚਨ ਕੋਈ ਹੈ ਨਾ ਫਰੇਜ਼ਲ ਵਰਬ ਆਈ ਹੋਵੇ ਨਾ ਉਹਨੂੰ ਕੋਈ ਇੱਦਾਂ ਫਰੇਜ਼ਲ ਵਰਬ ਦੀ ਟੂਰਨਾਮੈਂਟ ਉਹਨੇ ਸੋਨੀਅਮ ਟੂਰਨਾਮੈਂਟ ਦੇ ਦੋ ਕੁਐਸਚਨ ਸੀਗੇ ਅਤੇ ਫਰੇਜ਼ਲ ਵਰਬ ਦਾ ਇੱਕ ਕੁਐਸਚਨ ਸੀਗਾ। ਠੀਕ ਹੈ, ਉਦੋਂ ਬਾਅਦ ਆਪਾਂ ਗੱਲ ਕਰਦੇ ਹਾਂ ਪੰਜਾਬੀ ਦੀ, ਪੰਜਾਬੀ ਦਾ ਲੈਵਲ ਕਿੱਦਾਂ ਦਾ ਸੀਗਾ? ਪੰਜਾਬੀ ਗਰਾਮਰ ਦੀ ਗੱਲ ਕਰ ਰਹੇ ਹੋ? ਨਹੀਂ ਨਹੀਂ, ਪੰਜਾਬੀ ਪਹਿਲੇ ਪੇਪਰ ਜਿਹੜੇ 10 ਸਵਾਲ ਆਏ ਸੀਗੇ, ਉਹ 'ਚ ਪੈਸੇਜ ਆਇਆ ਹੋਊਗਾ, ਉਹ 'ਚ ਪੰਜ ਨੰਬਰ ਦਾ ਪੈਸੇਜ ਆ, ਬਿਲਕੁਲ ਈਜ਼ੀ ਸੀਗੇ, ਹਰ ਕੋਈ ਕਰ ਸਕਦਾ, ਕੋਈ ਇੰਨਾ ਜ਼ਿਆਦਾ ਔਖਾ ਨਹੀਂ। ਕੰਪਿਊਟਰ ਦਾ ਕੋਈ ਸਵਾਲ ਯਾਦ ਹੋਵੇ? ਕੰਪਿਊਟਰ ਦਾ ਸਵਾਲ ਯਾਦ ਨਹੀਂ, ਸ਼ਾਰਟਕਟ ਕੀ ਸੀ ਇਹਦੇ, ਕਨਸੈਪਟ ਤੋਂ ਪੁੱਛਿਆ ਉਹਨੇ, ਪਾਵਰ ਪੁਆਇੰਟ ਤੋਂ ਕਨਸੈਪਟ ਪੁੱਛਿਆ ਸੀਗਾ, ਐਮ ਐਸ ਵਰਡ ਤੋਂ ਪੁੱਛਿਆ ਸੀਗਾ ਉਹਨੇ, ਕਨਸੈਪਟ ਬੇਸ ਸੀਗਾ, ਮੈਂ ਸ਼ਾਰਟਕਟ ਕੀ ਕੋਈ ਨਹੀਂ ਆਈ ਅੱਜ ਦੇ ਪੇਪਰ ਦੇ। ਈਮੇਲ ਨਾਲ ਸੰਬੰਧਿਤ ਕੁਝ, ਈਮੇਲ ਨਾਲ ਇੱਕ ਕੁਐਸਚਨ ਸੀਗਾ ਉਹਨੇ ਪੁੱਛਿਆ ਸੀਗਾ, ਉਹ ਕਨਸੈਪਟ ਬੇਸ ਸੀਗਾ ਵੀ ਈਮੇਲ ਤੇ। ਠੀਕ ਹੈ ਬਾਈ ਜੀ, ਕੋਈ ਹੈ ਨਾ ਸਵਾਲ ਆਇਆ ਹੋਵੇ ਇੰਟਰਨੈਟ ਬੇਸਡ ਆਇਆ ਹੋਵੇ? ਹਾਂਜੀ, ਉਹਨੇ ਪੁੱਛਿਆ ਇੰਗਲਿਸ਼ ਤੇ ਕੁਐਸਚਨ ਸੀਗਾ, ਇੱਕ ਟ੍ਰਾਂਸਲੇਸ਼ਨ ਦਾ, ਨੈਟਵਰਕ ਆਫ ਨੈਟਸ ਨੂੰ ਕੀ ਕਹਿੰਦੇ ਆ। ਠੀਕ ਹੈ, ਉਦੋਂ ਬਾਅਦ ਆਪਾਂ ਗੱਲ ਕੀਤੀ ਮੈਮਰੀ ਹਾਇਰਾਰਕੀ ਦੇ, ਕੋਈ ਸਵਾਲ ਆਇਆ ਹੋਵੇ? ਕੋਈ ਸਵਾਲ ਆਇਆ ਹੋਵੇ ਕੰਪਿਊਟਰ ਜਨਰੇਸ਼ਨ ਤੇ? ਸਵਾਲ ਜਨਰੇਸ਼ਨ ਤੇ ਕੋਈ ਸਵਾਲ ਨਹੀਂ। ਠੀਕ ਹੈ, ਕੋਈ ਪ੍ਰਿੰਟਰ ਤੇ ਜਾਂ ਇਨਪੁਟ ਆਊਟਪੁੱਟ ਵਾਲਾ? ਨਹੀਂ ਨਹੀਂ, ਪ੍ਰਿੰਟਰ ਆਊਟਪੁੱਟ ਤੇ ਮੇਨ ਐਮ ਐਸ ਵਰਡ, ਪਾਵਰ ਪੁਆਇੰਟ ਤੇ ਐਕਸਲ ਇਸ ਤੇ ਕੋਈ ਸਵਾਲ ਵੀ ਆ ਰਿਹਾ। ਠੀਕ ਹੈ, ਸ਼ੁਕਰੀਆ ਬਾਈ ਤੁਹਾਡਾ ਬਹੁਤ ਬਹੁਤ। ਓਕੇ ਬਾਈ, ਹਾਂਜੀ ਵੀਰੇ, ਐਗਜ਼ਾਮ ਦੇ ਕੇ ਆਏ ਹੋ, ਕਿੱਦਾਂ ਦਾ ਰਿਹਾ ਤੁਹਾਡਾ ਐਗਜ਼ਾਮ? ਐਗਜ਼ਾਮ ਬਹੁਤ ਵਧੀਆ ਸੀ ਵੀਰੇ, ਮਾਡਰੇਟ ਵਧੀਆ ਰਿਹਾ ਸੀ। ਠੀਕ ਹੈ ਜੀ, ਜਿੰਨਾ ਸੋਚਿਆ ਸੀ ਉਨਾ ਸਹੀ ਆ ਗਿਆ? ਉਨਾ ਮਨ ਕੀ ਪੜਿਆ ਹੋਇਆ ਆ ਗਿਆ? ਹਾਂਜੀ ਬਿਲਕੁਲ। ਠੀਕ ਹੈ, ਤੇ ਪਰਫਾਰਮੈਂਸ ਤੁਹਾਡੀ ਕਿੱਦਾਂ ਦੀ ਸੀ ਜੇ ਪੜਿਆ ਹੋਇਆ ਆ ਗਿਆ? ਮਨ ਕੀ ਵਧੀਆ ਪਰਫਾਰਮੈਂਸ, ਜਿੰਨਾ ਪੜ੍ਹਿਆ ਸੀ ਉਹਦੇ ਤੋਂ ਚਾਹ ਹੀ ਆਇਆ ਤੇ ਗੱਲ ਇਹ ਮਿਹਨਤ ਦਾ ਮੁੱਲ ਤਾਂ ਪਈ ਜਾਂਦਾ। ਠੀਕ ਹੈ ਜੀ, ਮਿਹਨਤ ਦਾ ਮੁੱਲ ਤਾਂ ਜ਼ਰੂਰ ਪੈਂਦਾ ਬਾਈ ਜੀ, ਹੈ ਨਾ? ਹਾਂਜੀ ਹਾਂਜੀ। ਉਦੋਂ ਹੁਣ ਆਪਾਂ ਪੇਪਰ ਦੇ ਗੱਲ ਕਰਦੇ ਹਾਂ, ਪੇਪਰ ਦੇ ਵਿੱਚ ਜੀ ਐਸ ਵਾਲੇ ਪੋਰਸ਼ਨ ਦੇ ਵਿੱਚ ਪੋਲਿਟੀ ਦੇ ਕਿੰਨੇ ਸਵਾਲ ਆਏ? ਪੋਲਿਟੀ ਦੇ 4 ਕੁਐਸਚਨ ਹੈਗੇ ਸੀ ਜੀ, 4-5। ਠੀਕ ਹੈ, ਕੋਈ ਸਵਾਲ ਯਾਦ ਹੋਵੇ? ਆਰਟੀਕਲ 15 ਸੀ ਇੱਕ ਤਾਂ ਜੀ, ਆਰਟੀਕਲ 15 ਪੁੱਛਿਆ ਸੀ, ਨਸਲ ਨਾਲ ਸੰਬੰਧਿਤ ਤਾਂ ਇਹ ਜਾਤ ਨਾਲ ਜਾਂ ਕਦ ਨਾਲ ਸੰਬੰਧਿਤ, ਵੀ ਕਾਹਦੀ ਗੱਲ ਕਰੀ ਹੋਈ ਉਹਦੇ 'ਚ? ਠੀਕ ਹੈ ਜੀ, ਅਤੇ ਹੋਰ ਕੋਈ? ਡੀ ਪੀ ਐਸ ਪੀ ਨਾਲ ਸੀ, ਇੱਕ ਮੌਲਿਕ ਕਰਤੱਵ ਨਾਲ ਸੀ ਆਪਣਾ। ਠੀਕ ਹੈ ਜੀ, ਡੀ ਪੀ ਐਸ ਪੀ ਦੇ ਵਿੱਚੋਂ ਕਿਹੜਾ ਸਵਾਲ ਸੀਗਾ ਕੋਈ ਯਾਦ ਹੋਵੇ? ਸਟੇਟਮੈਂਟ ਵਾਈਜ਼ ਜੇ ਸੀਗਾ। ਠੀਕ ਹੈ, ਉਹਨੇ ਕਨਸੈਪਚੁਅਲ ਪਾ ਰੱਖਿਆ ਜੀ ਥੋੜ੍ਹਾ। ਹਾਂਜੀ ਹਾਂਜੀ, ਡੀ ਪੀ ਐਸ ਸੀ ਪੁੱਛਿਆ ਸੀ ਵੀ ਰਾਜ ਕਿਹਦੇ ਆਧਾਰ 'ਤੇ ਇੱਕ ਚੰਗਾ ਵਧੀਆ ਬਣ ਸਕਦਾ? ਠੀਕ ਹੈ, ਵੀ ਡੀ ਪੀ ਐਸ ਇੱਕ ਕਲਿਆਣਕਾਰੀ ਰਾਜ ਨੂੰ ਪ੍ਰਭਾਵਿਤ ਕਰਦਾ, ਅਤੇ ਇਹ ਉਹ ਆਪਸ਼ਨ ਪੁੱਛੇ ਜੋ ਉਹਨਾਂ ਨੇ ਦੱਸਿਆ ਸੀ ਡੀ ਪੀ ਐਸ ਪੀ ਸਹੀ ਹੈ। ਠੀਕ ਹੈ, ਜਿਹੜਾ ਤੁਸੀਂ ਕਿਹਾ ਹੈ ਨਾ ਕਰਤੱਵ ਵਿੱਚੋਂ ਸਵਾਲ ਆਇਆ ਸੀਗਾ ਫੰਡਾਮੈਂਟਲ ਡਿਊਟੀ ਦੇ ਵਿੱਚੋਂ, ਉਹ ਕਿਹੜਾ ਸਵਾਲ ਸੀਗਾ? ਕਰਤੱਵ ਵਿੱਚੋਂ ਤਾਂ ਨਹੀਂ ਮੇਰੇ ਕੋਈ ਵੀ ਯਾਦ ਹੈਗਾ ਸੀ, ਇੱਕ ਵੈਸੇ ਉਹ ਲਗਭਗ ਯਾਦ ਨਹੀਂ ਹੈਗਾ ਜੀ, ਅਤੇ ਇੱਕ ਆਪਣਾ 44ਵੀਂ ਸੋਧ ਵਾਲਾ ਆਇਆ ਸੀ। 44ਵੀਂ ਕਿ 42ਵੀਂ? 42ਵੀਂ ਦੋ ਵਾਰੀ ਪੁੱਛੀ ਹੋਈ ਸੀ, ਉਹ ਸਟੇਟਮੈਂਟ ਦੇ ਕੇ ਵੀ ਇਹ ਕਿਹੜੀ ਸਟੇਟ 'ਚ ਅਮੈਂਡਮੈਂਟ 'ਚ ਸਹੀ ਕਰਿਆ ਗਿਆ, ਉਹ 'ਚ ਇੱਕ ਜਗ੍ਹਾ 42ਵੀਂ ਅਮੈਂਡਮੈਂਟ ਲਿਖਿਆ ਹੋਇਆ ਸੀ, ਇੱਕ ਜਗ੍ਹਾ ਏਅਰ ਪੁੱਛਿਆ ਹੋਇਆ ਸੀ। ਠੀਕ ਹੈ, ਦੋ ਵਾਰ ਇੱਕੋ ਪੁੱਛਿਆ ਹੋਇਆ ਸੀ, ਪਰ ਇੱਕ ਜਗ੍ਹਾ ਅਮੈਂਡਮੈਂਟ, ਇੱਕ ਜਗ੍ਹਾ ਸਾਲ ਦਾ ਪੁੱਛਿਆ ਹੋਇਆ ਸੀ। ਠੀਕ ਹੈ ਠੀਕ ਹੈ, ਇੱਕ ਜਗ੍ਹਾ ਸਾਲ ਪੁੱਛ ਲਿਆ ਵੀ 42ਵੀਂ ਅਮੈਂਡਮੈਂਟ ਕਦੋਂ ਹੋਈ ਆ, ਇੱਕ ਵਾਰ ਪੁੱਛ ਲਿਆ ਵੀ ਇਹ ਕਿਹੜੀ ਅਮੈਂਡਮੈਂਟ। ਇੱਕ ਪੰਚਾਇਤੀ ਰਾਜ ਨਾਲ ਕੁਐਸਚਨ ਸੀ ਆਪਣਾ, ਕਿ ਪੰਚਾਇਤੀ ਰਾਜ 'ਚ ਮੁੜ ਸ਼ਕਤੀ ਬਣਾਉਣ ਲਈ ਕਿਹੜੀ ਕਮੇਟੀ ਬਣਾਈ ਹੈ? ਠੀਕ ਹੈ ਬਾਈ, ਸ਼ਕਤੀ ਉਹ ਹੈ ਨਾ, ਪਾਰਲੀਮੈਂਟ ਦੇ ਵਿੱਚੋਂ ਕੋਈ ਸਵਾਲ ਆਇਆ, ਲੋਕ ਸਭਾ ਰਾਜ ਸਭਾ ਨਾਲ ਸੰਬੰਧਿਤ? ਨਹੀਂ, ਮੈਂ ਹੀ ਦੱਸ ਦੇਣਾ ਮੈਂ ਇੱਕ ਸਾੜੀ ਫੈਸਟੀਵਲ ਹੋਇਆ ਸੀ ਵਿਰਾਸਤ ਦਾ, ਵੀ ਉਹ ਕਿਹੜੀ ਜਗ੍ਹਾ ਹੋਇਆ? ਠੀਕ ਹੈ, ਕਰੰਟ ਅਫੇਅਰ ਦੇ ਵਿੱਚੋਂ, ਕਰੰਟ ਅਫੇਅਰ ਦੇ ਵਿੱਚੋਂ, ਅਤੇ ਇੱਕ ਅਰਜੁਨ ਨਾਲ ਸੰਬੰਧ ਸੀ, ਅਰਜੁਨ ਅਹਿਲਕਰ ਕੁਛ ਨਾਮ ਹੈ, ਵੀ ਉਹ ਕਿਹੜੀ ਫੀਲਡ 'ਚ ਸਪੋਰਟਸਮੈਨ ਹੈ? ਠੀਕ ਹੈ, ਅਤੇ ਇੱਕ ਰਾਜ ਮਹਿਲ ਦਾ ਨਿਰਮਾਣ ਕਦੋਂ ਹੋਇਆ? ਪੰਜ ਸਾਲਾਂ ਦਾ ਰਾਜ ਮਹਿਲ ਦਾ ਕਿ ਤਾਜ ਮਹਿਲ ਦਾ? ਰਾਜ ਮਹਿਲ, ਰਾਜ ਮਹਿਲ ਵੀ। 5-5 ਸਾਲਾਂ ਦਾ ਗੈਪ ਦੇ ਕੇ ਪੁੱਛਿਆ ਹੋਇਆ ਸੀ। ਠੀਕ ਹੈ, ਅਤੇ ਇੱਕ 13 ਛਾਲ ਮਾਰੀ ਸੀ ਕਿਸੇ ਨੇ, ਉਹ 'ਚ ਗੋਲਡ ਮੈਡਲ ਜਿੱਤਿਆ ਸੀ ਸਪੋਰਟਸ ਪਰਸਨ ਨੇ ਟ੍ਰਿਪਲ ਜੰਪ ਦੇ ਵਿੱਚ। ਹਾਂਜੀ ਹਾਂ, ਉਹਦਾ ਨਾਂ ਪੁੱਛਿਆ ਹੋਇਆ ਸੀ, ਅਤੇ ਇੱਕ ਝੰਗ ਭਾਸ਼ਾ ਕਿਹੜੇ ਜ਼ਿਲ੍ਹੇ 'ਚ ਬੋਲੀ ਜਾਂਦੀ ਹੈ? ਠੀਕ ਹੈ, ਅਤੇ ਇੱਕ ਹਵਾ ਪ੍ਰਦੂਸ਼ਣ ਦਾ ਐਕਟ ਹੈ, ਉਹ ਕਿਹੜੇ ਸਾਲ 'ਚ ਹੋਇਆ ਸੀ? ਠੀਕ ਹੈ ਜੀ,
ਇਹ ਮਤਲਬ ਕਿ ਕਰੰਟ ਅਫੇਅਰ ਦੇ ਵਿੱਚ ਇੱਕ ਆ ਗਿਆ ਹੈ ਨਾ ਸਵਾਲ ਇਨਵਾਇਰਮੈਂਟ ਨਾਲ ਸੰਬੰਧਿਤ ਆ ਗਿਆ, ਝੰਗ ਭਾਸ਼ਾ ਵਾਲਾ ਗਿਆ ਪੰਜਾਬ ਜੀ ਕੇ ਦਾ ਸਵਾਲ, ਪੰਜਾਬੀ ਦੀ ਉਪਭਾਸ਼ਾਵਾਂ ਦੇ ਵਿੱਚ ਪੁੱਛਿਆ ਗਿਆ ਜੋ ਪੰਜਾਬ ਦਾ ਅਲੱਗ ਪੇਪਰ ਵੀਹ ਪੇਪਰ ਦੇ ਵਿੱਚ ਪੁੱਛਿਆ ਗਿਆ, ਠੀਕ ਹੈ ਜੀ। ਪੰਜਾਬੀ ਦੀ ਉਪਭਾਸ਼ਾ ਦੇ ਵਿੱਚ ਇਹ 'ਚ ਤਾਂ ਪੰਜਾਬ ਦੇ ਦੋ ਜਾਂ ਤਿੰਨ ਹੀ ਕੁਸ਼ਚਨ ਆਏ ਸੀ ਜਿਹੜੇ ਬਿਲਕੁਲ ਪੰਜਾਬ ਨਾਲ ਜੀਓਗ੍ਰਾਫੀ ਨਾਲ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਸੀ ਅਤੇ ਇੱਕ ਗੁਰੂ ਅੰਗਦ ਦੇਵ ਜੀ ਨਾਲ, ਠੀਕ ਨਹੀਂ। ਪੰਜਾਬ ਜੀ ਕੇ ਦੀ ਆਪਾਂ ਗੱਲ ਕਰੀਏ ਜਿਹੜਾ 35 ਨੰਬਰ ਦਾ ਸਾ ਨਾ ਪੇਪਰ, ਠੀਕ ਹੈ ਜੀ। ਕੋਈ ਹੈ ਨਾ ਸੈਂਸਸ ਤੋਂ ਸਵਾਲ ਆਇਆ ਹੋਵੇ 2011 ਨਾਲ ਜਨਗਣਨਾ ਨਾਲ ਸੰਬੰਧਿਤ? ਸੈਂਸਸ 'ਚੋਂ ਨਹੀਂ ਸੀ, ਇੱਕ ਪੁੱਛਿਆ ਹੋਇਆ ਸੀ ਕਿ ਸੈਂਸਸ 'ਚ ਸੀ ਆਪਣਾ ਇੰਡੀਆ 'ਚ ਗਰੀਬੀ ਦਰ ਕਿੰਨੀ ਸੀ, ਠੀਕ ਹੈ। ਜੋ ਇੱਕ ਜੰਗਲੀ ਖੇਤਰ ਪੁੱਛਿਆ ਹੋਇਆ ਸੀ ਆਪਣਾ, ਉਹ ਪੁੱਛਿਆ ਹੋਇਆ ਪੰਜਾਬ ਦਾ ਕਿ ਪੰਜਾਬ ਦੀ ਵੰਡ ਹੋਈ ਹੈ ਜਦੋਂ ਵੰਡ ਉਦੋਂ ਜੰਗਲ ਕਿੰਨਾ ਬਚਿਆ ਸੀ ਪੰਜਾਬ ਕੋਲ, ਇਹ ਪੁੱਛਿਆ ਹੋਇਆ ਸੀ। ਠੀਕ ਹੈ, ਠੀਕ ਹੈ। ਕਿੰਨੇ ਕਿਲੋਮੀਟਰ ਦੇ ਹਿਸਾਬ ਨਾਲ ਬਚਿਆ ਸੀ? 1966 ਕਿ 1947 ਵਾਲਾ ਪੁੱਛਿਆ? 66 ਵਾਲਾ, 66 ਵਾਲਾ ਪੁੱਛਿਆ, 66 ਦੇ ਹਿਸਾਬ, ਠੀਕ ਹੈ ਜੀ। ਪੰਜਾਬ ਜੀਕੇ ਦੇ ਵਿੱਚੋਂ ਕੋਈ ਇਕਨੋਮੀ ਸਰਵੇ ਆਇਆ ਹੋਵੇ, ਕੋਈ ਹੈ ਨਾ ਪੰਜਾਬ ਦੀ ਯੋਜਨਾ ਜਾਂ ਸਕੀਮ ਪੁੱਛੀ ਗਈ ਹੋਵੇ? ਦੋ ਸਕੀਮਾਂ ਹੈਗੀਆਂ ਸੀਗੀਆਂ, ਇੱਕ ਆਪਣੀ ਜਨਧਨ ਯੋਜਨਾ ਸੀ, ਇੱਕ ਹੋਰ ਸੀ ਮੇਰੇ ਹਿਸਾਬ, ਠੀਕ ਹੈ। ਮਤਲਬ ਕਿ ਪੰਜਾਬ ਦੀ ਕੋਈ ਸਕੀਮ ਨਹੀਂ ਪੁੱਛੀ ਗਈ? ਪੰਜਾਬ ਦੀ ਖੇਤੀਬਾੜੀ ਨਾਲ ਸੰਬੰਧਿਤ ਕੋਈ ਸਵਾਲ ਆਇਆ ਹੋਵੇ? ਖੇਤੀਬਾੜੀ ਨਾਲ ਸਾਇੰਸ ਦਾ ਕੋਈ ਸਵਾਲ ਆਇਆ ਹੋਵੇ? ਸਾਇੰਸ ਦੇ ਦੋ ਕੁਐਸਚਨ ਹੈਗੇ ਸੀ, ਦੋ ਯਾਦ ਹੋਵੇ ਤਾਂ ਆਪਾਂ ਹੈ ਨਾ। ਇਹ ਜਿੱਦਾਂ ਉਹ ਸੀਗਾ ਜਿਹੜਾ ਆਪਣਾ ਘਰਾਂ ਵਿੱਚ ਯੂਜ ਨਹੀਂ ਕਰਦੇ ਪੋਚਾ ਲਾਉਣ ਲਈ, ਫਰਨਾਇਲ ਕਿਸ ਕੰਮ ਲਈ ਕੰਮ ਆਉਂਦਾ ਹੈਗਾ, ਇਹ ਆਪਸ਼ਨਾਂ ਦਿੱਤੀਆਂ ਹੋਈਆਂ ਸੀ ਵੱਖੋ ਵੱਖਰੀਆਂ, ਠੀਕ ਹੈ। ਅਤੇ ਕੋਈ ਇਨਵਾਇਰਮੈਂਟ ਦਾ ਆਪਾਂ ਗੱਲ ਕਰ ਹੀ ਲਈ, ਜੋਗ੍ਰਾਫੀ ਜਾਂ ਹਿਸਟਰੀ 'ਚ ਕੋਈ ਸਵਾਲ ਆਇਆ ਹੋਵੇ? ਜੋਗ੍ਰਾਫੀ ਦਾ ਏਸ਼ੀਅਨਟ ਹਿਸਟਰੀ ਸਿੱਧੂ ਘਾਟੀ ਸੱਭਿਅਤਾ ਹੈ ਨਾ, ਆਪਾਂ ਗੱਲ ਕਰਦੇ ਹਾਂ ਮੈਥ ਦੀ, ਪੰਜਾਬ ਜੀ ਕੇ ਹੋ ਗਿਆ, ਕਰੰਟ ਅਫੇਅਰ ਹੋ ਗਿਆ, ਪੋਲੀਟਿਕ, ਮੈਥ ਦਾ ਲੈਵਲ ਕਿੱਦਾਂ ਦਾ ਸੀਗਾ? ਮੈਥ ਦਾ ਲੈਵਲ ਵਧੀਆ, ਮੋਡਰੇਟ ਸੀ, 4-5 ਕੁਸ਼ਚਨ ਪ੍ਰੋਫਿਟ ਲੋਸ ਹੋ ਚੁੱਕਿਆ, ਠੀਕ ਹੈ। ਸਿੰਪਲੀਫਿਕੇਸ਼ਨ, ਸਿੰਪਲੀਫਿਕੇਸ਼ਨ ਹੈਗੇ ਸੀ 3 ਕੁਸ਼ਚਨ, ਠੀਕ ਹੈ। ਐਵਰੇਜ ਰੇਸ਼ੋ ਐਂਡ ਪ੍ਰਪੋਰਸ਼ਨ, ਰੇਸ਼ੋ 'ਚ ਇੱਕ ਕੁਸ਼ਚਨ ਹੈਗਾ ਸੀਗਾ, 9 ਦੀ ਰੇਸ਼ੋ ਦਿੱਤੀ ਸੀ ਅਤੇ 8 ਦਿੱਤੀ ਸੀ ਅਤੇ 9ਵੇਂ ਦੀ ਪਤਾ ਕਰਨੀ ਸੀ, ਠੀਕ ਹੈ। ਸਿੰਪਲ ਇੰਟਰਸਟ ਇੱਕ ਕੁਸ਼ਚਨ ਹੈਗਾ ਸੀ, ਠੀਕ ਹੈ। ਬਾਰ ਗ੍ਰਾਫ ਵਾਲਾ ਜਿਹੜਾ ਸਵਾਲ ਸੀ, ਟਾਈਮ ਐਂਡ ਵਰਕ ਦੇ ਦੋ ਹੈਗੇ ਸੀ। ਇੱਕ ਕੱਲ੍ਹ ਹੀ ਤੁਹਾਡੇ ਚੈਨਲ 'ਤੇ ਮੁੰਡੇ ਨੇ ਬੋਲਿਆ ਸੀ ਡਿਸਕਾਊਂਟ ਦਾ, ਹਾਂਜੀ, ਉਹ ਸੇਮ ਅੱਜ ਆਇਆ ਹੋਇਆ ਕੁਸ਼ਚਨ, ਠੀਕ ਹੈ। ਉਹੀ ਸੇਮ ਉਹੀ ਕੁਸ਼ਚਨ, ਕੁਛ ਕੁ ਸਵਾਲ ਹੁੰਦੇ ਨੇ ਜਿਹੜੇ 4-5 ਸਵਾਲ ਹੁੰਦੇ ਨੇ ਨਾ, ਉਹ ਰਿਪੀਟ ਹੁੰਦੇ ਨੇ ਹੈ ਨਾ, ਉੱਦਾਂ ਦੀ ਰਹਿੰਦੀ ਹੈ ਸੰਭਾਵਨਾ, ਬਿਲਕੁਲ ਡਿਫਰੈਂਟ ਹੀ ਹੁੰਦਾ। ਹਾਂ, ਵੈਸੇ ਤਾਂ ਡਿਫਰੈਂਟ ਹੀ ਹੁੰਦਾ, ਪਰ 2023 ਵੀ ਅਸੀਂ ਦੇਖਿਆ 54 ਸ਼ਬਦਾਂ ਦੇ ਵਿੱਚ ਪੇਪਰ ਹੋਇਆ ਸੀਗਾ, 4-5 ਸਵਾਲ ਸੀਗੇ ਜਿਹੜੇ ਰੈਪਿਡ ਹੈ ਨਾ, ਰਿਪੀਟ ਹੋ ਜਾਂਦੇ ਨੇਗੇ। ਉਦੋਂ ਬਾਅਦ ਆਪਾਂ ਗੱਲ ਕਰ, ਰੀਜ਼ਨਿੰਗ ਕਿੱਦਾਂ ਦੀ ਸੀ, ਟਾਈਮ ਕੰਜ਼ਿਊਮਿੰਗ ਸੀ? ਰੀਜ਼ਨਿੰਗ ਬਹੁਤ ਸੌਖੀ ਸੀ, ਨਜਾਇਜ਼ ਸੌਖੀ ਸੀ, ਠੀਕ ਹੈ। ਰੀਜ਼ਨਿੰਗ ਦੇ ਵਿੱਚ ਕੋਡਿੰਗ ਡਿਕੋਡਿੰਗ ਦੇ ਕਿੰਨੇ ਸਵਾਲ ਸੀਗੇ? ਕੋਡਿੰਗ ਦੇ 2-3 ਕੁਸ਼ਚਨ ਆਇਆ ਸੀ, ਰੀਜ਼ਨਿੰਗ ਦੇ ਮੇਨ ਤਾਂ 15 ਕੁਸ਼ਚਨ ਹੈ ਸੀ ਬਿਲਕੁਲ, ਜਿਹੜੇ ਬੜੀ ਆਸਾਨੀ ਨਾਲ ਹੋ ਰਹੇ ਸੀ, ਅਤੇ 2-3 ਕੁਸ਼ਚਨ ਕਹਿ ਸਕਦੇ ਹਾਂ ਵੀ ਜਿਨ੍ਹਾਂ 'ਚ ਟਾਈਮ ਲੱਗ ਰਿਹਾ ਸੀ ਥੋੜ੍ਹਾ ਉਲਝਣ। ਡਾਇਰੈਕਸ਼ਨ ਦਾ ਕੋਈ ਸਵਾਲ ਆਇਆ ਹੋਵੇ? ਇੱਕ ਡਾਇਰੈਕਸ਼ਨ ਦਾ, ਦੋ ਹੈ ਸੀ, ਦੋ ਕੁਸ਼ਚਨ, ਇੱਕ ਕੁਸ਼ਚਨ ਸੀ, ਠੀਕ ਹੈ। ਸੀਟਿੰਗ ਅਰੇਂਜਮੈਂਟ ਅਤੇ ਰੈਂਕਿੰਗ ਆਰਡਰ ਦੇ ਸਵਾਲ? ਆਰਡਰ ਰੈਂਕਿੰਗ ਦੇ 2 ਸੀਗੇ ਅਤੇ ਸੀਟਿੰਗ ਅਰੇਂਜਮੈਂਟ ਦਾ ਹੈ ਨਹੀਂ ਇੱਕ ਵੀ, ਠੀਕ ਹੈ ਬਾਈ ਜੀ। ਇੰਗਲਿਸ਼ ਦਾ ਲੈਵਲ ਕੀ ਸੀਗਾ? ਇੰਗਲਿਸ਼ ਨੋਰਮਲ ਸੀ, ਆਪਣਾ ਨੋਰਮਲ ਸੀਗੀ, ਜੰਗਲ ਵਰਡ ਸੀ ਅਤੇ ਕਿਹੜਾ ਸਨੋਨੀਅਮ ਐਂਟੋਨੀਅਮ ਆ ਅਤੇ ਇੱਕ ਆਪਣਾ ਐਰਰ ਸੀਗਾ, ਠੀਕ ਹੈ। ਪੰਜਾਬੀ ਜਿਹੜੇ 10 ਸਵਾਲ ਆਏ ਹੋਣਗੇ ਉਹ ਪੰਜਾਬੀ ਤਾਂ ਨੋਰਮਲ ਸਹੀ ਰਹੇ, ਬਿਲਕੁਲ ਸਹੀ ਰਹੇ, ਠੀਕ ਹੈ। ਕੰਪਿਊਟਰ ਦੇ ਕਿਹੜੇ ਕਿਹੜੇ ਸਵਾਲ ਆਏ ਬਾਈ ਜੀ? ਕੰਪਿਊਟਰ ਦਾ ਇੱਕ ਕੁਐਸਚਨ ਸੀ ਕਿ ਆਪਾਂ ਜੋ ਪਾਵਰ ਪੁਆਇੰਟ 'ਚ ਸਾਊਂਡ ਦੀ ਫਾਈਲ ਸੇਵ ਕਰਦੇ ਹਾਂ ਉਹ ਕਿਹੜੇ ਫੋਰਮੈਟ 'ਚ ਸੇਵ ਹੁੰਦੀ ਹੈ, ਜਿਵੇਂ PPTX ਹੁੰਦੀ ਹੈ, ਸਾਊਂਡ ਦੀ ਕਿਹੜੀ ਫਾਈਲ ਸੇਵ ਹੁੰਦੀ ਹੈ, ਠੀਕ ਹੈ। ਉਹ ਸਾਊਂਡ ਦੀਆਂ ਹੈ ਨਾ ਤੁਹਾਨੂੰ ਦਿੱਤੀਆਂ ਹੋਣਗੀਆਂ, ਜਿਵੇਂ MP3 MP4 ਇੱਦਾਂ ਦੀ, ਨਹੀਂ ਐਵੇਂ ਨਹੀਂ, WAV XVX ਐਵੇਂ ਦੇ ਕਰਕੇ ਕਈ ਤਰ੍ਹਾਂ ਨਾਮ ਸੀਗੇ, ਠੀਕ ਹੈ, ਠੀਕ ਹੈ ਬਾਈ ਜੀ। ਕੋਈ MS ਵਰਡ ਰਾਹੀ ਆਇਆ ਸੀ ਕੁਐਸਚਨ, MS ਵਰਡ ਦੀ ਕੋਈ ਸ਼ਾਰਟਕੱਟ ਕੀ ਪੁੱਛੀ ਗਈ ਸੀ? ਹਾਂ, ਵੀ ਸਿਲੈਕਟ ਕਰਨ ਲਈ ਕੀ ਵਰਤਿਆ ਜਾਂਦਾ ਹੈ ਆਪਣਾ, ਡਬਲ ਕਲਿੱਕ ਕਰਕੇ ਸਿਲੈਕਟ ਕਰਦੇ ਹਾਂ, ਟ੍ਰਿਪਲ ਕੇ ਕੀ ਕਰਕੇ ਸਿਲੈਕਟ ਕਰਦੇ ਹਾਂ। ਹੋਰ ਕੋਈ ਸਵਾਲ, ਕੋਈ ਹੈ ਨਾ ਪਾਵਰ ਪੁਆਇੰਟ 'ਚੋਂ ਐਕਸਲ 'ਚੋਂ ਸਵਾਲ ਆਇਆ ਹੋਵੇ? ਇੱਕ ਇੰਟਰਨੈਟ ਨਾਲ ਕੁਐਸਚਨ ਸੀਗਾ ਵੀ ਇੰਟਰਨੈਟ ਆਪਣਾ ਇੱਕ ਤੋਂ ਕਿੰਨੀ ਜਗ੍ਹਾ ਤੱਕ ਜੋ, ਮੈਮਰੀ ਹਾਇਰਾਰਕੀ 'ਤੇ ਕੋਈ ਸਵਾਲ ਆਇਆ ਹੋਵੇ? ਈਮੇਲ 'ਤੇ ਕੋਈ ਸਵਾਲ ਆਇਆ ਹੋਵੇ? ਨਹੀਂ, ਈਮੇਲ ਦੇ ਕੋਈ ਨਹੀਂ, ਠੀਕ ਹੈ, ਠੀਕ ਹੈ। ਸ਼ੁਕਰੀਆ ਬਾਈ ਜੀ ਤੁਹਾਡਾ, ਬਹੁਤ ਬਹੁਤ ਜੀ, ਓਕੇ ਬਾਈ ਜੀ, ਸ਼ੁਕਰੀਆ।
ਹਾਂਜੀ, ਸਟੂਡੈਂਟ ਦੇ ਰਿਵਿਊ ਤੁਸੀਂ ਨੇ ਸੁਣੀ ਲਿਆ ਵੀ ਹੈ ਨਾ, ਕਿਹੜੇ ਟੋਪਿਕ ਤੋਂ ਕਿੰਨੇ ਸਵਾਲ ਆਏ ਨੇ, ਬਹੁਤ ਡਿਟੇਲ ਦੇ ਵਿੱਚ ਡਿਸਕਸ਼ਨ ਹੋਈ ਹੈਗੀ। ਹੋਰ ਵੀ ਸਟੂਡੈਂਟ ਸਾਨੂੰ ਹੈ ਨਾ ਜਿਹੜੇ ਗੱਲਬਾਤ ਕਰਕੇ ਗਏ ਨੇ, ਸਵਾਲ ਦੱਸ ਕੇ ਗਏ ਨੇ। ਪੇਪਰ ਦਾ ਲੈਵਲ ਸੀ ਜਿਹੜਾ ਮੋਡਰੇਟ ਸੀਗਾ, ਕੁੱਲ ਮਿਲਾ ਕੇ ਠੀਕ ਪੇਪਰ ਆ ਰਹੇ ਆ। ਬਹੁਤ ਸਾਰੇ ਸਟੂਡੈਂਟ ਨੂੰ ਟਾਈਮ ਮੈਨੇਜਮੈਂਟ ਦੇ ਵਿੱਚ ਦਿੱਕਤ ਹੋਈ ਆ, ਉਹਦੇ ਲਈ ਤੁਸੀਂ ਬਾਇੰਦਰੀ ਇੰਸਟ੍ਰਕਟਰ ਦਾ ਐਪ ਡਾਊਨਲੋਡ ਕਰੋ, ਜਿੱਥੇ ਤੁਸੀਂ 5 ਮੌਕ ਟੈਸਟ ਨੇ ਜਿਹੜੇ ਫ੍ਰੀ ਦੇ ਵਿੱਚ ਲਗਾ ਸਕਦੇ ਹੋ, ਉਹ ਤੁਸੀਂ ਜ਼ਰੂਰ ਲਗਾਓ ਫ੍ਰੀ ਵਾਲੇ। ਜਿਹੜਾ ਵੈਬਸਾਈਟ ਦੇ ਉੱਪਰ ਤੁਹਾਨੂੰ ਮੌਕ ਟੈਸਟ ਫ੍ਰੀ ਦੇ ਵਿੱਚ ਆਇਆ ਹੈ, ਉਹ ਵੀ ਤੁਸੀਂ ਜ਼ਰੂਰ ਲਾਓ। 5 ਮੌਕ ਟੈਸਟ ਨੇ ਜਿਹੜੇ ਬਾਇੰਦਰੀ ਇੰਸਟ੍ਰਕਟਰ ਦੇ ਵੀ ਤੁਸੀਂ ਫ੍ਰੀ ਦੇ ਵਿੱਚ ਜ਼ਰੂਰ ਲਗਾਓ, ਘੱਟੋ ਘੱਟ 4 ਮੌਕ ਟੈਸਟ ਨਹੀਂ ਜੇ ਲਗਾਉਣੇ ਤੁਸੀਂ, ਤੁਹਾਨੂੰ ਟਾਈਮ ਮੈਨੇਜਮੈਂਟ ਦਾ ਪਤਾ ਲੱਗ ਜੂਗਾ। ਪੇਪਰ ਦੇ ਹੈ ਨਾ, ਤੁਸੀਂ ਐਗਜ਼ਾਮ ਮੋਡ ਦੇ ਵਿੱਚ ਸ਼ਿਫਟ ਹੋ ਜਾਓਗੇ, ਤੁਹਾਨੂੰ ਪਤਾ ਲੱਗ ਜੂ ਵੀ ਰੀਜਨਿੰਗ ਅਤੇ ਮੈਥ ਦੇ ਉੱਪਰ ਕਿੰਨਾ ਕੁ ਟਾਈਮ ਲੱਗਦਾ। ਪੇਪਰ ਦਾ ਜਿਹੜਾ ਲੈਵਲ ਸੀ ਉਹ ਠੀਕ ਸੀਗਾ। ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ। ਇੰਸਟਾਗ੍ਰਾਮ ਦੇ ਉੱਪਰ ਸਾਨੂੰ ਜ਼ਰੂਰ ਫੋਲੋ ਕਰੋ, ਟੈਲੀਗ੍ਰਾਮ ਦਾ ਜਿਹੜਾ ਚੈਨਲ ਆ ਉਹਨੂੰ ਜੁਆਇਨ ਕਰੋ, ਕਿਉਂਕਿ ਉੱਥੇ ਅਲੱਗ ਅਲੱਗ ਸ਼ਿਫਟਾਂ ਦੇ ਜਿਹੜੇ ਗਰੁੱਪ ਬਣ ਰਹੇ ਨੇਗੇ। ਕੱਲ੍ਹ ਨੂੰ ਜਦੋਂ ਆਨਸਰ ਕੀ ਆਊਗੀ ਤਾਂ ਉੱਥੇ ਡਿਸਕਸ਼ਨ ਦੇ ਲਈ ਤੁਹਾਡੇ ਜਿਹੜੇ ਸ਼ਿਫਟ ਦੇ ਵਿੱਚ ਬੰਦੇ ਹੋਣਗੇ ਉਹੀ ਐਡ ਕੀਤੇ ਗਏ ਨੇ। ਹਾਂਜੀ, ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ।